ਸਰਪੰਚੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ। ਸਾਰੇ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਚੋਣ ਮੈਦਾਨ ਵਿੱਚ ਆਏ। ਉੱਥੇ ਹੀ ਪਿੰਡ ਬਹਾਦਰਪੁਰ ਤੋਂ ਜਸਪ੍ਰੀਤ ਸਿੰਘ ਚੋਣ ਮੈਦਾਨ ਵਿੱਚ ਆਏ, ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟੇਬਲ ਫੈਨ। ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਇਸ ਵਾਰ ਮੈਂ ਸਰਪੰਚੀ ਚੋਣਾਂ ਵਿੱਚ ਸਰਪੰਚ ਬਣ ਗਿਆ ਤਾਂ ਮੈਂ ਪਿੰਡ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾਵਾਂਗਾ। ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਰਪੰਚੀ ਦੀ ਲਾਈਨ ਦੇ ਵਿੱਚ ਮੈਂ ਆਇਆ, ਪਹਿਲਾਂ ਮੇਰਾ ਕਦੇ ਵੀ ਕੋਈ ਮਨ ਨਹੀਂ ਸੀਗਾ ਇੱਧਰ ਵੀ ਲਾਈਨ ਦੇ ਵਿੱਚ ਮੈਂ ਆਵਾਂ। ਲਗਭਗ ਕੁਛ ਕੁ ਮਹੀਨੇ ਦੇ ਪਹਿਲਾਂ ਜਦੋਂ ਪਿੰਡ ਦੇ ਦੋਸਤ ਮਿੱਤਰ ਸਿਆਣੇ ਬਜ਼ੁਰਗ ਜੂਝ ਮਾਨ ਮੈਨੂੰ ਕਹਿਣ ਲੱਗ ਗਏ, ਕਿਉਂਕਿ ਮੈਂ ਪਿਛਲੇ 5 ਤੋਂ 6 ਸਾਲਾਂ ਤੋਂ ਕਿਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਵਿੱਚ ਇੱਕ ਦੂਤ ਵਿੰਗ ਜ਼ਿਲ੍ਹਾ ਕਨਵੀਨਰ ਹੋਣ ਦੇ ਨਾਮ ਤੇ ਮੈਂ ਕੰਮ ਕਰ ਰਿਹਾ, ਤੇ ਜੋ ਸਰਪੰਚ ਨੇ ਕੰਮ ਕਰਨੇ ਹੁੰਦੇ ਨੇ ਉਹ ਲਗਭਗ 70-80% ਮੈਂ ਪਹਿਲੀ ਕਰਦਾ ਆ ਰਿਹਾ ਮੈਂ ਕੰਮ, ਤੇ ਉਹ ਚੀਜ਼ ਨੂੰ ਮੇਰੇ ਕੰਮਾਂ ਨੂੰ ਦੇਖ ਕੇ ਮੇਰੇ ਪਿੰਡ ਦੇ ਨੌਜਵਾਨ ਬਜ਼ੁਰਗ ਮੈਨੂੰ ਕਹਿਣ ਲੱਗੇ ਵੀ ਤੈਨੂੰ ਸਰਪੰਚ ਵਾਲੀ ਲਾਈਨ ਦੇ ਵਿੱਚ ਆਉਣਾ ਚਾਹੀਦਾ। ਪਹਿਲਾਂ ਮੇਰਾ ਮਤਲਬ ਮੇਰਾ ਮਨ ਨਹੀਂ ਹੈਗਾ ਜੀ, ਕਿਉਂਕਿ ਆਪਾਂ ਨੂੰ ਪਤਾ ਵੀ ਜੋ ਕੋਈ ਵੀ ਸਰਪੰਚ ਲਾ ਲਓ ਜਾਂ ਪੰਚ ਲਾ ਲਓ ਜਾਂ ਹੋਰ ਇੱਦਾਂ ਦੇ ਬਾਅਦ ਦੇ ਵਿੱਚ ਇੱਦਾਂ ਦੀਆਂ ਦਿੱਕਤਾਂ ਆਉਣ ਲੱਗ ਜਾਂਦੀਆਂ ਨੇ ਵੀ ਕਿਤੇ ਨਾ ਕਿਤੇ ਵੀ ਉਹ ਪਿੰਡ ਦੇ ਪਬਲਿਕ ਹੁੰਦੀ ਹੈ ਉਹਨਾਂ ਦਾ ਯਕੀਨ ਉੱਠਣ ਲੱਗ ਜਾਂਦਾ ਇਹ ਚੀਜ਼ਾਂ ਦੇ ਉੱਪਰੋਂ। ਫਿਰ ਚਲੋ ਮਨ ਸਮਝਾਇਆ ਵੀ ਮੈਨੂੰ ਲਾਈਨ ਦੇ ਵਿੱਚ ਆਉਣਾ ਚਾਹੀਦਾ, ਕਿਉਂਕਿ ਜਿਹੜਾ ਸਾਡਾ ਪਿੰਡ ਬਹਾਦਰਪੁਰ ਹੈ ਮੈਨੂੰ ਲੱਗਦਾ ਵੀ ਹੋਰ ਪਿੰਡਾਂ ਦੇ ਨਾਲੋਂ ਲਗਭਗ ਅਸੀਂ ਆਲੇ ਦੁਆਲੇ ਦੇ ਪਿੰਡਾਂ ਦੇ ਨਾਲੋਂ ਕਿਤੇ 40-50 ਸਾਲ ਪਿੱਛੇ ਚੱਲ ਰਹੇ। ਹੋਰ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਜਿਵੇਂ ਮਿਸਾਲ ਵਜੋਂ ਲਵੇ ਬਡਰੁੱਖਾ ਪਿੰਡ ਹੈ, ਹੋਰ ਬਹੁਤ ਪਿੰਡ ਏਦਾਂ ਦੇ ਨੇ ਜਿਹੜੇ ਮੀਡੀਆ ਵਿੱਚ ਆ ਰਹੇ ਨੇ, ਮੇਰਾ ਵੀ ਇੱਕ ਸ਼ੌਂਕ ਸੀਗਾ ਵੀ ਮੇਰਾ ਪਿੰਡ ਵੀ ਇੱਕ ਵੱਖਰਾ ਬਣੇ ਵੀ ਜਿਹੜਾ ਇੱਕ ਚਰਚਾ ਦੇ ਵਿੱਚ ਆਵੇ, ਜਿਵੇਂ ਕਿ ਅਸੀਂ ਨੇ ਹੁਣ ਆਪਦੇ ਮਨ ਦੇ ਵਿੱਚ ਰੱਖਿਆ ਦੋਨੇ ਲਿਬਰੈਂਟ ਪੜਿਆ ਵੀ ਹੋਊਗਾ ਦੇਖਿਆ ਵੀ ਹੋਊਗਾ, ਉਹਦੇ ਵਿੱਚ ਇਹਨੇ ਕਮਿਊਨਿਟੀ ਹਾਲ ਆ ਜੋ ਸੇਵਾ ਕੇਂਦਰ ਆ, 10 ਬੈਡਾਂ ਦਾ ਹੋਸਪਿਟਲ ਜਿਹੜਾ ਪਿੰਡ ਦੇ ਲਈ ਅਸੀਂ ਨੇ ਮਤਲਬ ਪਹਿਲਾਂ ਜਿਹਨੇ ਮਨਜ਼ੂਰ ਕਰਵਾ ਚੁੱਕੇ ਆ ਜੀ, ਹੋਰ ਇੱਦਾਂ ਦੇ ਬਹੁਤ ਸਾਰੇ ਕੰਮ ਨੇ ਪਿੰਡ ਦੀ ਸਾਫ਼ ਸਫਾਈ, ਖਾਸ ਕਰਕੇ ਪਿੰਡ ਦੇ ਵਾਤਾਵਰਨ ਨੂੰ ਸਾਫ਼ ਰੱਖਣਾ ਜੀ, ਜਿਹੜੀਆਂ ਹੁਣ ਮੰਨ ਲਓ ਸੜਕਾਂ ਬਣੀਆਂ ਨੇ ਗੀਆਂ, ਪਹਿਲਾਂ ਅੱਜ ਤੱਕ ਰਹਿ ਲਾ ਲਓ ਵੀ ਲੋਕ ਗਲੀਆਂ ਨਾਲੀਆਂ ਤੱਕ ਇਹੀ ਸੀਮਤ ਨੇ ਜੀ। ਜਿਹੜੀ ਮੇਰੀ ਸੋਚ ਆ ਮੈਂ ਇਹ ਸੋਚਦਾ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਨੇ ਜਾਂ ਬੱਚੇ ਨੇ ਉਹ ਨਸ਼ਿਆਂ ਤੋਂ ਬਹੁਤ ਜ਼ਿਆਦਾ ਦੂਰ ਹੋਣ, ਜਿਵੇਂ ਪਿੰਡ ਦੇ ਲਈ ਜਿੰਮ ਲਾ ਲਓ, ਜਿੰਮ ਲੈ ਕੇ ਆਉਣੀ, ਜਿਹੜੇ ਬੱਚੇ ਗੇਮ ਕਰ ਸਕਦੇ ਨੇ ਕਬੱਡੀ ਖੇਡ ਸਕਦੇ ਨੇ ਉਹਨਾਂ ਦੇ ਲਈ ਖਾਸ ਕਰਕੇ ਮੇਰੇ ਵੱਲੋਂ ਖੁਰਾਕ ਦਾ ਪ੍ਰਬੰਧ ਵੀ ਉਹਨਾਂ ਨੂੰ ਖੁਰਾਕ ਮਿਲੇ। ਬਹੁਤ ਵੱਜੇ ਬੱਚੇ ਗਰੀਬ ਪਰਿਵਾਰਾਂ ਵਿੱਚੋਂ ਨੇ ਜਿਨ੍ਹਾਂ ਵਿੱਚ ਕੋਈ ਨਾ ਕੋਈ ਟੈਲੈਂਟ ਤਾਂ ਹੈਗਾ ਪਰ ਉਹ ਕਿਤੇ ਨਾ ਕਿਤੇ ਕਮਜ਼ੋਰੀ ਦੇ ਮਾਰੇ ਜਾ ਰਹੇ ਨੇ ਗੇ, ਉਹਨਾਂ ਦੇ ਲਈ ਖਾਸ ਕਰਕੇ ਮੈਂ ਖੁਰਾਕ ਦਾ ਪ੍ਰਬੰਧ, ਜਿੰਮ ਦਾ ਪ੍ਰਬੰਧ, ਗਰਾਊਂਡ ਦਾ ਪ੍ਰਬੰਧ, ਮੇਰਾ ਮਨ ਵੀ ਮੈਂ ਨਸ਼ੇ ਨੂੰ ਪਿੰਡ ਦੇ ਵਿੱਚੋਂ ਮੈਂ ਕਿਤੇ ਨਾ ਕਿਤੇ ਮੈਂ ਦੂਰ ਕਰ ਦਿਆ। ਜਸਦੀਪ ਸਿੰਘ ਜੀ ਇਲੈਕਸ਼ਨ ਲੜ ਰਹੇ ਨੇ ਤੁਹਾਡੇ ਪਿੰਡ ਤੋਂ, ਕੀ ਕਹਿਣਾ ਚਾਹੋਗੇ? ਕਿਹੋ ਜਿਹਾ ਪਰਿਵਾਰ ਆ, ਕਿਹੋ ਜਿਹਾ ਰਵੱਈਆ, ਤੁਹਾਡੇ ਹਮ ਉਮਰ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਗੁਰਸਿੱਖ ਪਰਿਵਾਰ ਆ, ਖੁਦ ਵੀ ਜਸਦੀਪ ਜਿਹੜਾ ਅੰਮ੍ਰਿਤਧਾਰੀ ਮੁੰਡਾ ਆ ਜੀ, ਤੇ ਪਿੰਡ ਵਿੱਚ ਇਹ ਲਾ ਲਓ ਦਿਨ ਦੇ 20 ਬੰਦੇ ਉਹਦੇ ਕੋਲ ਅੱਜ ਵੀ ਸਰਪੰਚ ਤੋਂ ਪਹਿਲਾਂ ਹੀ ਉਹਦੇ ਲਈ ਕੰਮ ਨੂੰ ਆਉਂਦੇ ਨੇ ਜੀ, ਹੈ ਨਾ, ਦਿਨ ਰਾਤ ਬੰਦਾ ਇਹ ਲਾ ਲਓ ਕਿ ਸਿਰਫ ਪਿੰਡ ਦੀ ਸੇਵਾ ਲਈ ਹੈ ਜੀ, ਹੈ ਨਾ, ਘਰ ਬਾਰ ਮਤਲਬ ਸਾਰਾ ਠੇਕੇ ਤੇ ਖੇਤੀ ਹੈ ਤੇ ਸਾਰਾ ਦਿਨ ਲੋਕਾਂ ਲਈ ਹਾਜ਼ਰ ਹੈ, ਚਾਹੇ ਕੋਈ ਰਾਤ ਨੂੰ 12 ਵਜੇ 1 ਵਜੇ ਫੋਨ ਕਰੇ ਉੱਠ ਕੇ ਤੁਰਦਾ, ਪਹਿਲਾਂ ਵੀ ਜੀ 3-4 ਸਾਲ ਹੋ ਗਏ ਉਹ ਲੋਕਾਂ ਲਈ ਵੀ ਹੈ ਤੇ ਖੁਦ ਵੀ ਅੰਮ੍ਰਿਤਧਾਰੀ ਹੈ, ਨਸ਼ੇ ਤੋਂ ਰਹਿ ਤਾਂ ਦੇਖੋ, ਤੇ ਹਰ ਇੱਕ ਬੰਦੇ ਨਾਲ ਉਹ ਜੁੜਿਆ ਹੋਇਆ, ਕੋਈ ਵੀ ਬੰਦਾ ਆਵੇ ਕਦੇ ਕਿਸੇ ਦਾ ਵਿਰੋਧ ਨਹੀਂ ਕੀਤਾ ਉਹਨੇ, ਕੋਈ ਮਰਜ਼ੀ ਆਵੇ ਹਰ ਇੱਕ ਲਈ ਹਾਜ਼ਰ ਹੈ ਜੀ। ਹਾਂਜੀ, ਜੇ ਆਪਾਂ ਯੂਥ ਦੀ ਗੱਲ ਕਰੀਏ, ਲਗਭਗ ਯੂਥ ਦਾ ਜਿਹੜੀ ਸਹਿਮਤੀ ਹੈ ਕਿੱਧਰ ਹੈ? ਦੇਖੋ 90% ਜਿਹੜਾ ਯੂਥ ਹੈ ਉਹ ਜਸਦੀਪ ਦੇ ਨਾਲ ਜੀ, ਹੈ ਨਾ, ਪਹਿਲਾਂ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ, ਕਿਉਂਕਿ ਸਾਡੇ ਪਿੰਡ 'ਚ ਨਾ ਹਮੇਸ਼ਾ ਇੱਕ ਸ਼ਿਕਾਇਤ ਰਹੀ ਹੈ ਵੀ ਸਾਡੇ ਪਿੰਡ ਨੂੰ ਅੱਜ ਤੱਕ ਵਧੀਆ ਸਰਪੰਚ ਨਹੀਂ ਮਿਲਿਆ ਜੀ, ਤੇ ਇਸ ਵਾਰ ਸਾਰੇ ਯੂਥ ਨੇ ਇਹੀ ਸੋਚਿਆ ਵੀ ਆਲਰੇਡੀ ਇਹ ਕੰਮ ਕਰ ਹੀ ਰਿਹਾ ਸਰਪੰਚ ਵਾਲੇ, ਪਹਿਲਾਂ ਵੀ ਕਿਸੇ ਦਾ ਰੌਲਾ ਕੋਈ ਵੀ ਹੈ ਇਹ ਜਾਂਦਾ ਜੀ, ਤੇ ਸਾਰੇ ਯੂਥ ਨੇ ਇਹੀ ਫੈਸਲਾ ਕੀਤਾ ਵੀ ਆਪਾਂ ਇਹਨੂੰ ਅੱਗੇ ਕਰੀਏ ਜੀ। ਕਿਹੜੇ ਕਿਹੜੇ ਪਿੰਡ ਦੇ ਕੰਮ ਤੁਹਾਡੇ ਜਿਹੜੇ ਹਾਲੇ ਤੱਕ ਜਿਹੜੇ ਅਧੂਰੇ ਪਏ ਨੇ, ਜਿਹੜੇ ਤੁਸੀਂ ਉਹਨਾਂ ਤੋਂ ਉਮੀਦ ਰੱਖਦੇ? ਦੇਖੋ ਜੀ, ਪਿੰਡ ਦੇ ਕੰਮ ਤਾਂ ਜੇ ਆਪਾਂ ਵਧੀਆ ਕੰਮ ਦੇਖੀਏ, ਗਲੀਆਂ ਨਾਲੀਆਂ ਤੋਂ ਬਿਨਾਂ ਤਾਂ ਪਿੰਡ ਅੱਗੇ ਵਧਿਆ ਹੀ ਨਹੀਂ ਅੱਜ ਤੱਕ ਜੀ, ਹਰ ਇੱਕ ਬੰਦਾ ਗਲੀਆਂ ਤੱਕ ਹੀ ਖੜਾ ਹੈਗਾ ਜੀ, ਤੇ ਜਿਹੜੇ ਵੱਡੇ ਪ੍ਰੋਜੈਕਟ ਨੇ ਕੋਈ ਵਧੀਆ ਲਾਇਬ੍ਰੇਰੀ ਆ ਜਾਂ ਕੋਈ ਪੈਲੇਸ ਬਣਾਉਣਾ ਗਰੀਬ ਬੰਦਿਆਂ ਲਈ, ਕੋਈ ਸੁਵਿਧਾ ਕੇਂਦਰ ਆ ਨਾ ਜਾਂ ਕੋਈ ਡਿਸਪੈਂਸਰੀ ਆ, ਪਸ਼ੂਆਂ ਦੇ ਹਸਪਤਾਲ ਹੈ, ਉਹ ਸਾਰੇ ਕੰਮ ਰਹਿੰਦੇ ਨੇ ਜੀ, ਤੇ ਉਹ ਅਸੀਂ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਹੋਣਾ ਵੀ ਚੋਣ ਮੈਨੀਫੈਸਟੋ, ਤੁਸੀਂ ਇਹਦੇ ਮਾੜਾ ਜਿਹਾ ਕੈਮਰਾ ਘੁਮਾਓ, ਪਹਿਲੀ ਵਾਰ ਸਰਪੰਚ ਨੇ ਆਪਣਾ ਚੋਣ ਮੈਨੀਫੈਸਟੋ ਲਿਖਿਆ, ਅੱਜ ਤੱਕ ਪਾਰਟੀਆਂ ਲਿਖਦੀਆਂ ਆਈਆਂ ਨੇ, ਕਿਸੇ ਨੇ ਵੀ ਸਰਪੰਚ ਨੇ ਚੋਣ ਮੈਨੀਫੈਸਟੋ ਨਹੀਂ ਲਿਖਿਆ ਜੀ, ਤੇ ਇਹ 'ਚ ਅਸੀਂ ਸਾਰਾ ਲਿਖਿਆ ਹੋਇਆ ਮਤਲਬ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਜੀ, ਇਹ ਪਿੰਡ ਲਈ ਜੋ ਪਿੰਡ ਦੀ ਬਿਹਤਰੀ ਲਈ ਕੀ ਕੀ ਹੋਣਾ ਚਾਹੀਦਾ, ਲੋਕਾਂ ਦੀ ਸਲਾਹ ਲੈ ਕੇ ਫਿਰ ਅਸੀਂ ਇਹ ਮੈਨੀਫੈਸਟੋ ਤਿਆਰ ਕੀਤਾ।
ਜਪਜੀਤ ਸਿੰਘ ਜੀ ਤੁਸੀਂ ਅੱਜ ਜਸਦੇਵ ਜੀ ਆਪਣੇ ਜਿਹੜੇ ਸਰਪੰਚੀ ਇਲੈਕਸ਼ਨ ਲੜ ਰਹੇ ਨੇ ਤੁਹਾਡੇ ਜਿਹੜੇ ਬਜ਼ੁਰਗ ਸਿਆਣੇ ਤੁਹਾਡੇ ਲਗਭਗ ਸਾਰੇ ਤੁਸੀਂ ਇਹਨੂੰ ਸਮਰਥਨ ਦੇ ਰਹੇ ਹੋ ਕੀ ਕਹਿਣਾ ਚਾਹੋਗੇ ਕਿਹੋ ਜਿਹਾ ਰਵੱਈਆ ਕਿਹੋ ਜਿਹਾ ਪਰਿਵਾਰ ਹੈ ਬਹੁਤ ਵਧੀਆ ਇਨਸਾਨ ਆ ਜੀ ਗੁਰਤਾਰ ਪਰਿਵਾਰ ਆ ਜੀ ਤੇ ਪੜ੍ਹਿਆ ਲਿਖਿਆ ਮੁੰਡਾ ਜੀ ਪਹਿਲਾਂ ਵੀ ਸਾਂਝੇ ਕੰਮਾਂ ਦਾ ਹੁਣ ਵੀ ਅੱਗੇ ਵਾਸਤੇ ਵੀ ਇਸੇ ਤੇ ਭਰਨਾ ਵੀ ਜ਼ਰੂਰ ਆਊਗਾ ਹਰੇਕ ਕੰਮ ਦੇ ਵਿੱਚ ਮੂਹਰੇ ਚੱਲੂਗਾ ਚੱਲੂਗਾ ਜੀ ਪਹਿਲਾਂ ਵੀ ਹਰੇਕ ਕੁੜੀ ਕਤਰੀ ਦਾ ਕੰਮ ਆ ਕਿਸੇ ਵੀ ਕੰਮ ਆ ਸਾਂਝੇ ਕੰਮ ਦੇ ਵਿੱਚ ਸਿਰ ਕੱਢ ਕੇ ਮੂਹਰੇ ਹੋ ਕੇ ਤੁਰਦਾ ਜੀ ਤੁਸੀਂ ਵੀ ਕਈ ਵਾਰ ਇਹਨਾਂ ਨੂੰ ਆਪਣੇ ਕੰਮ ਮੈਂ ਕਹਿੰਦਾ ਚਾਹੇ ਅੱਧੀ ਰਾਤ ਤੋਂ ਕਹਿਗੀ ਉਹਦੀ ਤਿਆਰ ਹੈ ਜੀ ਜੇ ਪੰਜਵੀਂ ਗੱਲ ਕਰੀਏ ਪਿਛੋਕੜ ਦੀ ਕੋਈ ਆਪਣੇ ਪਰਿਵਾਰ ਦੀ ਉਹ ਕਿਹੋ ਜਿਹਾ ਬਹੁਤ ਵਧੀਆ ਪਰਿਵਾਰ ਹੈ ਜੀ ਕੰਮ ਕਰਨ ਵਾਲੇ ਬੰਦੇ ਨੇ ਸਾਰੇ ਖੇਤੀ ਵਾਲੇ ਬੰਦੇ ਖੇਤੀ ਨਾਲ ਜੁੜੇ ਹੋਏ ਨੇ ਮੁੱਢ ਤੋਂ ਹੀ ਜੀ ਤੇ ਆਪਦਾ ਕੰਮ ਕਰਕੇ ਆਪਦੇ ਖਾਂਦੇ ਨੇ ਕਿਸੇ ਦਾ ਕੁਛ ਨਹੀਂ ਕਰਦੇ ਵਧੀਆ ਆਪਦਾ ਚੰਗੇ ਵਾਰੀ ਸੋਚ ਰਿਹਾ ਜੇ ਆਪਾਂ ਸੱਥਾਂ ਦੀ ਗੱਲ ਕਰੀਏ ਸੱਥਾਂ ਦੇ ਵਿੱਚੋਂ ਕੀ ਪਾ ਜਾ ਰਹੀ ਹੈ ਸੱਥਾਂ ਦੇ ਵਿੱਚੋਂ ਇੱਕ ਵਧੀਆ ਪਰਿਵਾਰ ਬਾਰੇ ਸੋਚਦਾ ਹੁੰਦਾ ਬੰਦਾ ਤੇ ਵਧੀਆ ਇਨਸਾਨ ਬਾਰੇ ਸੋਚਦਾ ਹੁੰਦਾ ਚੰਗਾ ਇਨਸਾਨ ਹੋਵੇ ਚੰਗਾ ਮੂਹਰੇ ਕੰਮ ਕਰਨ ਦਾ ਉਹਨੂੰ ਤਜਰਬਾ ਰੱਖਦਾ ਹੋਵੇ ਤੇ ਮੂਹਰੇ ਉਹਦੀ ਜਾਣ ਪਛਾਣ ਵੀ ਹੋਵੇ ਜੀ ਉਹ ਸਾਰਾ ਕੁਛ ਇਹਦੇ ਵਿੱਚ ਮੌਜੂਦ ਹੈ ਠਾਕੁਰ ਸਿੰਘ ਜੀ ਜਸਦੀਪ ਜੀ ਇਲੈਕਸ਼ਨ ਲੜ ਰਹੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਪਿੱਛੇ ਤੋਂ ਦੇਖ ਰਹੇ ਹਾਂ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਪਿੰਡ ਦੇ ਜਿਹੜੇ ਕੰਮ ਕਿਸੇ ਤੋਂ ਨਹੀਂ ਹੋਏ ਉਹ ਵੀ ਕਰੇ ਨੇ ਸਾਡੇ ਪਿੰਡ ਦੇ ਵਿੱਚ ਕੋਈ ਸਰਪੰਚ ਸਾਨੂੰ ਮਿਲਿਆ ਨਹੀਂ ਵਧੀਆ ਅਜੇ ਤੀਕਰ ਜਿਵੇਂ ਕਹਿੰਦੇ ਵੀ ਆਪਦਾ ਕੰਮ ਤਾਂ ਇਕੱਲਾ ਇਕੱਲਾ ਘਰ ਤਾਂ ਹਿਰਕ ਕਰਾ ਲੈਂਦਾ ਵੀ ਆਮ ਜਨਤਾ ਦਾ ਕੰਮ ਬਣਨਾ ਹੋਣਾ ਚਾਹੀਦਾ ਤੁਹਾਨੂੰ ਉਮੀਦ ਹੈ ਜੀ ਹਾਂਜੀ ਸਾਨੂੰ ਉਮੀਦ ਹੈ ਪੱਕੀ ਉਮੀਦ ਤੁਹਾਨੂੰ ਉਮੀਦ ਹੈ ਕਿ ਸਰਪੰਚ ਬਣਨ ਤੋਂ ਬਾਅਦ ਪਹਿਲ ਦਾ ਸਾਰੇ ਕੰਮ ਹੋਣਗੇ ਜੀ ਹਾਂਜੀ ਹਾਂ ਹੋਣਗੇ ਤਾਂ ਹੀ ਅਸੀਂ ਸਿਆਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਇਹਦੇ ਨਾਲ ਵਿਚ ਰਹੇ ਹਾਂ ਚਾਰ ਸਾਲ ਤੋਂ ਜੀ ਸਾਨੂੰ ਇਹ ਤੇ ਵਿਸ਼ਵਾਸ ਹੈ ਪੱਕਾ ਜੀ ਹਾਂ ਜੀ ਸਾਰੇ ਨਗਰ ਦੇ ਕੰਮ ਕਰੂ ਨਾਲੇ ਜੇ ਕਿਸੇ ਧੀ ਭੈਣ ਕੋਲੇ ਬੱਚਾ ਹੋਣਾ ਜੇ ਰਾਤ ਨੂੰ ਅੱਧੀ ਰਾਤੋਂ ਵੀ ਕਹੇ ਛੱਡ ਕੇ ਆਉਂਦਾ ਰਹੇ ਜੀ ਤੇਲ ਨਹੀਂ ਪਵਾਉਂਦਾ ਲੈ ਤੂੰ ਸਾਡਾ ਇੱਕ ਜਿੰਦਾਬਾਦ।